Z5 ऐप डाउनलोड करो ते देखो पूरे एपिसोड बिल्कुल फ्री। असी बनाने लगे जी मशरूम स्टफ्ड विद स्पिनच। इतने असी यूज कर रहे हैं अद्धा चम्मच पिंक सॉल्ट, इस दे नाल नाल असी पावांगे 1/4 चम्मच हल्दी ते 1/4 चम्मच लाल मिर्च। हुण एक बार ये सारिया चीज़ों नूं मिक्स करके आपां बॉयल कर लेना। तो मैम जिहड़ा ये फ्लेवरफुल आपां स्टॉक बनाया इहदे विच सारे मशरूम्स नूं आपां ऐड करना ते मशरूम नूं आपां कुक कर लांगे। एक्चुअली मशरूम्स दे विच भी बहुत पानी हुंदा, थोड़ा पानी मशरूम भी ऐड हो जाएगा इसके। तो मैम एक होर बहुत इनफॉर्मेटिव चीज़ है जो मैं चाहना कि तुसी दसो कि जिहड़ी लैक्टेटिंग मदर्स हुंदी हैं उन्हां दी न्यूट्रिशनल रिक्वायरमेंट की हुंदी है। जिवें कि आपां स्टार्टिंग च गल कीती है कि लैक्टेटिंग मदर अपनी बॉडी दा ध्यान रख ही रही है, उहदे नाल नाल वो एक नए बच्चे दा न्यूट्रिशन भी कंप्लीट कर रही है क्योंकि बच्चा 6 महीने तक सिर्फ ब्रेस्ट मिल्क ते डिपेंडेंट रहिंदा है। ते इस दौरान जिहड़ी लैक्टेटिंग मदर है उहदी जिहड़ी डिमांड्स है वो बहुत वध जांदी है। जे आपां कैलोरीज दी गल करिए ते जिहड़ी लैक्टेशन दे टाइम जिहड़ी रिक्वायरमेंट है वो इनक्रीज हो जांदी है। जिहड़ी नॉर्मल रिक्वायरमेंट है 1600 किलो कैलोरी, उह च पहले फेज 0 to 6 months जिहड़ा लैक्टेशन वाला पीरियड हुंदा है उह च 600 किलो कैलोरीज वध जांदी है। ਤੇ ਜਿਹੜਾ ਸੈਕਿੰਡ ਫੇਜ਼ ਹੈ 6 to 12 months ਵਾਲਾ ਉਹ ਚ 520 ਕਿਲੋ ਕੈਲਰੀਜ਼ ਵੱਧ ਜਾਂਦੀ ਹੈ ਜੋ ਕਿ ਆਮ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਲੈਕਟੇਸ਼ਨ ਵਾਲਾ ਜਿਹੜਾ ਫੇਜ਼ ਹੁੰਦਾ ਪ੍ਰੈਗਨੈਂਸੀ ਤੋਂ ਬਾਅਦ ਮੋਸਟ ਆਫ ਵੂਮੈਨਸ ਦਾ ਜਿਹੜਾ ਵੇਟ ਹੈ ਉਹ ਇਨਕਰੀਜ਼ ਹੋ ਜਾਂਦਾ ਤੇ ਉਹਨਾਂ ਨੂੰ ਹੁੰਦਾ ਕਿ ਅਸੀਂ ਦੁਬਾਰਾ ਤੋਂ ਆਪਣੀ ਉਹ ਫਿਜ਼ੀਕਲ ਅਪੀਅਰੈਂਸ 'ਚ ਆਈਏ ਤੇ ਉਹਨਾਂ ਦਾ ਬਸ ਇਹੀ ਹੁੰਦਾ ਕਿ ਮੈਂ ਡਾਈਟਿੰਗ ਕਰ ਲਾਂ, ਮੈਂ ਪਤਲੀ ਹੋ ਜਾਂ, ਬਟ ਉਹ ਨਹੀਂ ਕਰਨਾ ਚਾਹੀਦਾ ਕਿਉਂਕਿ ਉਸ ਟਾਈਮ ਤੁਸੀਂ ਇੱਕ ਬੱਚੇ ਨੂੰ ਵੀ ਨਿਊਟ੍ਰੀਸ਼ਨ ਦੇ ਰਹੇ ਹੋ। ਜੇ ਤੁਹਾਡੇ 'ਚ ਡੈਫੀਸ਼ੀਐਂਸੀ ਹੋਏਗੀ ਤੇ ਉਹ ਆਟੋਮੈਟਿਕਲੀ ਉਸ ਬੱਚੇ 'ਚ ਵੀ ਡੈਫੀਸ਼ੀਐਂਸੀ ਹੋਏਗੀ। ਤੇ ਇਸ ਕਰਕੇ ਕੈਲਰੀਜ਼ ਦੀ ਡਿਮਾਂਡ ਇਨਕਰੀਜ਼ ਹੋ ਰਹੀ ਹੈ ਪ੍ਰੋਟੀਨ ਦੀ, ਤੇ ਜੇ ਤੁਸੀਂ ਨਿਊਟ੍ਰੀਸ਼ਨ ਰਿਕੁਆਇਰਮੈਂਟ ਕਿਹਾ ਹੈ ਤੇ ਕਿਹੜੇ ਨਿਊਟ੍ਰੀਐਂਟਸ, ਤੇ ਮੈਂ ਦੱਸਾਂ ਆਇਰਨ, ਕੈਲਸ਼ੀਅਮ, ਜ਼ਿੰਕ, ਵਿਟਾਮਿਨ ਬੀ, ਜਿਹੜੇ ਆਪਣੇ ਵਿਟਾਮਿਨਸ ਹੈ, ਇਹਨਾਂ ਸਾਰਿਆਂ ਦੀ ਰਿਕੁਆਇਰਮੈਂਟ ਆਲਮੋਸਟ ਦੁੱਗਣੀ ਹੋ ਜਾਂਦੀ ਹੈ। ਬਹੁਤ ਬਹੁਤ ਸ਼ੁਕਰੀਆ ਮੈਮ, ਤੁਸੀਂ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜੀ। ਤੇ ਦੇਖੋ ਗੱਲਾਂ ਗੱਲਾਂ ਦੇ ਵਿੱਚ ਜਿਹੜੇ ਮਸ਼ਰੂਮਸ ਹੈ ਹਲਕੇ ਜਿਹੇ ਸੌਫਟ ਹੋਣੇ ਵੀ ਸ਼ੁਰੂ ਹੋ ਚੁੱਕੇ ਹੈ, ਸ਼ਰਿੰਕ ਹੋ ਚੁੱਕੇ ਹੈ। ਆਪਾਂ 2 ਮਿੰਟ ਲਈ ਇਸਨੂੰ ਪਕਾ ਲਵਾਂਗੇ, ਫਿਰ ਇਹਨੂੰ ਆਪਾਂ ਡਰੇਨ ਕਰ ਲੈਣਾ ਤੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਮਿਕਸਚਰ ਬਣਾਉਣ ਦਾ ਸਟੈਪ। ਅਤੇ ਮਸ਼ਰੂਮਸ ਨੂੰ ਅਸੀਂ ਪਕਾ ਲਿੱਤਾ ਜੀ, ਉਸਨੂੰ ਇੱਕ ਪਲੇਟ ਦੇ ਵਿੱਚ ਕੱਢ ਲਿਆ, ਥੋੜ੍ਹੇ ਜਿਹੇ ਡਰਾਈ ਹੋਣੇ ਵੀ ਸ਼ੁਰੂ ਹੋ ਚੁੱਕੇ ਹੈ। ਹੁਣ ਆਪਾਂ ਤਿਆਰ ਕਰਾਂਗੇ ਜੀ ਸਟੱਫਿੰਗ ਜਿਹੜੀ ਆਪਾਂ ਇਸ ਮਸ਼ਰੂਮ ਦੇ ਵਿੱਚ ਭਰਨੀ ਹੈ। ਪੈਨ ਨੂੰ ਅਸੀਂ ਗਰਮ ਕਰਕੇ ਇਹਦੇ ਵਿੱਚ ਐਡ ਕਰਨਾ ਹੈ ਅੱਧਾ ਚਮਚ ਮੱਖਣ ਅਤੇ ਬਟਰ ਨੂੰ ਅਸੀਂ ਮੈਲਟ ਹੋਣ ਦੇਣਾ ਜੀ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਬਹੁਤ ਹੀ ਫਲੇਵਰਫੁੱਲ ਅਤੇ ਖੁਸ਼ਬੂਦਾਰ ਇੰਗਰੀਡੀਐਂਟਸ, ਅੱਧਾ ਚਮਚ ਚੌਪ ਕੀਤੀ ਹੋਈ ਅਦਰਕ ਅਤੇ 1/4 ਚਮਚ ਹਰੀ ਮਿਰਚ, ਇਹ ਚੌਪ ਕੀਤੀ ਹੋਈ ਯੂਜ਼ ਕਰ ਰਹੇ ਹਾਂ ਜੀ। ਚੰਗੀ ਤਰ੍ਹਾਂ ਇਸਨੂੰ ਮਿਕਸ ਕਰਨਾ ਹੈ ਅਤੇ ਹੁਣ ਆਪਾਂ ਇਸ ਦੇ ਵਿੱਚ ਐਡ ਕਰਾਂਗੇ ਮਸ਼ਰੂਮ ਸਟੌਕਸ। ਇਹਨੂੰ ਹੁਣ ਆਪਾਂ ਕੁੱਕ ਕਰਨਾ ਇਹਨਾਂ ਮਸਾਲਿਆਂ ਦੇ ਨਾਲ। ਆਹ ਦੇਖੋ ਕਿੰਨਾ ਵਧੀਆ ਸਿਜ਼ਲ ਸਾਊਂਡ ਆਉਣਾ ਸ਼ੁਰੂ ਹੋ ਗਿਆ ਜੀ। ਇਹ ਜਿਹੜੀ ਸਟੈਮ ਹੈ ਇਸਨੂੰ ਆਪਾਂ ਚੰਗੀ ਤਰ੍ਹਾਂ ਪਕਾ ਲੈਣਾ ਜੀ। ਹੁਣ ਆਪਾਂ ਇਸਨੂੰ ਫਲੇਵਰ ਦੇਵਾਂਗੇ, ਥੋੜ੍ਹੀ ਸੀਜ਼ਨਿੰਗ ਐਡ ਕਰਨੀ ਹੈ। ਸ਼ੁਰੂਆਤ ਕਰਦੇ ਹਾਂ ਜੀ ਜੈਤਿਨ ਰੋਇਲ ਪਿੰਕ ਸਾਲਟ ਤੋਂ, ਇਹਦੇ ਵਿੱਚ ਮੈਂ 1/4 ਚਮਚ ਪਾ ਰਿਹਾ, ਇਹ ਨਮਕ ਆ ਗਿਆ ਜੀ। ਹੁਣ ਅਸੀਂ ਐਡ ਕਰ ਰਹੇ ਹਾਂ ਅੱਧਾ ਚਮਚ ਹਲਦੀ ਦਾ, 1/4 ਚਮਚ ਲਾਲ ਮਿਰਚ ਅਤੇ ਥੋੜ੍ਹਾ ਜਿਹਾ ਅਮਚੂਰ ਅੱਧਾ ਚਮਚ, ਇਹ ਵਧੀਆ ਖੱਟਾ ਖੱਟਾ ਫਲੇਵਰ ਜਿਹੜਾ ਆਏਗਾ। ਚੰਗੀ ਤਰ੍ਹਾਂ ਇਸਨੂੰ ਮਿਕਸ ਕਰ ਲੈਣਾ ਅਤੇ ਹੁਣ ਜੀ ਇਸ ਸਟੇਜ 'ਤੇ ਆਪਾਂ ਐਡ ਕਰਨ ਲੱਗੇ ਹਾਂ ਜੀ 50 ml ਦੁੱਧ ਅਤੇ ਦੁੱਧ ਨੂੰ ਆਪਾਂ ਚੰਗੀ ਤਰ੍ਹਾਂ ਇਹਦੇ ਨਾਲ ਮਿਕਸ ਕਰ ਲੈਣਾ ਅਤੇ ਇਸ ਸਟੇਜ 'ਤੇ ਆਪਾਂ ਬਾਕੀ ਇੰਗਰੀਡੀਐਂਟਸ ਵੀ ਐਡ ਕਰਨੇ ਆ, ਜਿਵੇਂ ਕਿ ਇਹ ਸ਼੍ਰੈਡ ਕੀਤੀ ਹੋਈ ਪਾਲਕ, ਇਹਨੂੰ ਆਪਾਂ ਚੰਗੀ ਤਰ੍ਹਾਂ ਇਸਨੂੰ ਫੈਲਾ ਕੇ ਇਸ 'ਚ ਐਡ ਕਰਨਾ ਅਤੇ ਮੇਰੇ ਕੋਲ ਹੈ ਜੀ ਗ੍ਰੇਟ ਕੀਤਾ ਹੋਇਆ ਚੀਜ਼, ਇੱਥੇ ਅਸੀਂ 1/2 ਕੱਪ ਚੀਜ਼ ਐਡ ਕਰ ਰਹੇ ਹਾਂ। ਇਹ ਚੀਜ਼ ਨਾ ਬਹੁਤ ਵਧੀਆ ਬਾਈਂਡਿੰਗ ਅਤੇ ਬਹੁਤ ਸਟਰੋਂਗ ਫਲੇਵਰ ਦੇਗਾ ਜੀ। ਇਸ ਦੇ ਨਾਲ ਅਸੀਂ ਐਡ ਕਰ ਰਹੇ ਹਾਂ 1/2 ਚਮਚ ਕਰੀਮ ਅਤੇ ਚੰਗੀ ਤਰ੍ਹਾਂ ਇਸਨੂੰ ਮਿਕਸ ਕਰਕੇ ਥੋੜ੍ਹਾ ਇਸ 'ਚ ਧਨੀਆ ਐਡ ਕਰਾਂਗੇ ਅਤੇ ਦੇਖੋ ਜੀ ਇਸ ਸਟੇਜ 'ਤੇ ਜਿਹੜੀ ਸਪਿਨਚ ਹੈ ਉਹ ਵੀ ਪੱਕ ਚੁੱਕੀ ਹੈ, ਚੀਜ਼ ਵੀ ਵਧੀਆ ਮੈਲਟ ਹੋਇਆ ਜੀ ਅਤੇ ਸਟੱਫਿੰਗ ਇੱਕਦਮ ਇਕੱਠੀ ਹੋ ਚੁੱਕੀ ਹੈ। ਹੁਣ ਆਪਾਂ ਇਸ 'ਚ ਐਡ ਕਰਨ ਲੱਗੇ ਹਾਂ ਥੋੜ੍ਹਾ ਜਿਹਾ ਧਨੀਆ, ਅਤੇ ਜਿਹੜਾ ਧਨੀਆ ਨਾ ਬਹੁਤ ਹੀ ਫਰੈਸ਼ ਫਲੇਵਰ ਦੇਗਾ ਜੀ ਇਸ ਡਿਸ਼ ਨੂੰ। ਹੁਣ ਆਪਾਂ ਚੰਗੀ ਤਰ੍ਹਾਂ ਇਸਨੂੰ ਮਿਕਸ ਕਰਕੇ ਇਸਨੂੰ ਬਾਹਰ ਕੱਢ ਲਵਾਂਗੇ ਅਤੇ ਲਓ ਜੀ ਹੁਣ ਆਪਣੀ ਜਿਹੜੀ ਸਟੱਫਿੰਗ ਹੈ ਬਿਲਕੁਲ ਤਿਆਰ ਹੈ। ਇਹਨੂੰ 30-40 seconds ਅਸੀਂ ਹੋਰ ਕੁੱਕ ਕਰਨਾ ਅਤੇ ਉਸ ਤੋਂ ਬਾਅਦ ਆਪਾਂ ਕੰਟੀਨਿਊ ਕਰਦੇ ਹਾਂ ਆਪਣਾ ਅਗਲਾ ਸਟੈਪ। ਅਤੇ ਹੁਣ ਸਾਡੀ ਸਟੱਫਿੰਗ ਵੀ ਰੈਡੀ ਹੋ ਚੁੱਕੀ ਹੈ, ਹੁਣ ਆਪਾਂ ਨੈਕਸਟ ਸਟੇਜ 'ਤੇ ਆ ਗਏ ਹਾਂ ਜੀ। ਜਿਹੜੇ ਇਹ ਮਸ਼ਰੂਮਸ ਹੈ ਨਾ ਇਹਨੂੰ ਆਪਾਂ ਸਟੱਫ ਕਰਨਾ ਅਤੇ ਇੱਕ ਨਾ ਸੇਮ ਸਾਈਜ਼ ਦਾ ਮਸ਼ਰੂਮ ਉਹਨੂੰ ਢੱਕਣ ਲਗਾ ਦੇਣਾ ਅਤੇ ਬਹੁਤ ਹੀ ਸੁੰਦਰ ਇਹ ਡਬਲ ਡੈਕਰ ਟਾਈਪ ਬਣ ਜਾਂਦੇ ਆ ਜੀ। ਅਤੇ ਸ਼ੁਰੂਆਤ ਕਰਦੇ ਹਾਂ ਜੀ, ਮਸ਼ਰੂਮ ਦਾ ਇੱਕ ਪੀਸ ਲਵਾਂਗੇ ਅਤੇ ਜਿਹੜੀ ਸਟੱਫਿੰਗ ਹੈ ਨਾ ਦੇਖੋ ਕਿੰਨੀ ਇਹ ਸਟਿੱਕੀ ਹੋ ਚੁੱਕੀ ਹੈ, ਇੱਕ ਤਰ੍ਹਾਂ ਨਾ ਬਾਇੰਡ ਹੋ ਚੁੱਕੀ ਹੈ ਆਪਸ ਦੇ ਵਿੱਚ। ਆਪਾਂ ਇਹ ਮਸ਼ਰੂਮ ਦੇ ਵਿੱਚ ਇਸ ਤਰ੍ਹਾਂ ਲਗਾਉਣਾ ਅਤੇ ਬਿਲਕੁਲ ਸੇਮ ਸਾਈਜ਼ ਦਾ ਇੱਕ ਹੋਰ ਮਸ਼ਰੂਮ ਲਵਾਂਗੇ
ਉਹਨੂੰ ਇਹਦੇ ਵਿੱਚ ਐਜ਼ ਅ ਟੱਕਣ ਜਾਂ ਫਿਰ ਐਜ਼ ਅ ਕਵਰ ਯੂਜ਼ ਕਰਾਂਗੇ ਅਤੇ ਫਿਰ ਆਪਾਂ ਇਸ ਨੂੰ ਲੌਕ ਕਰ ਦੇਣਾ ਇੱਕ ਟੂਥਪਿਕ ਦੀ ਮਦਦ ਨਾਲ ਤਾਂ ਕਿ ਜਦੋਂ ਆਪਾਂ ਇਸ ਨੂੰ ਡੀਪ ਫਰਾਈ ਕਰੀਏ ਤਾਂ ਇਹ ਟੁੱਟੇ ਨਾ ਅਤੇ ਬਿਲਕੁਲ ਇਸ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਮਸ਼ਰੂਮਸ ਦੇ ਇਹ ਡਬਲ ਡੈਕਰਸ ਹੈ ਇਹ ਅਸੀਂ ਰੈਡੀ ਕਰ ਲੈਣੇ ਹੈ ਜੀ ਅਤੇ ਆਹ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਸਾਡੇ ਸਟਫਡ ਮਸ਼ਰੂਮਸ ਹੁਣ ਆਪਾਂ ਨੈਕਸਟ ਸਟੈਪ ਸ਼ੁਰੂ ਕਰਦੇ ਹਾਂ ਜੀ ਇੱਕ ਨਾ ਬਹੁਤ ਵਧੀਆ ਜਿਹਾ ਬੈਟਰ ਅਸੀਂ ਤਿਆਰ ਕਰਨਾ ਇੱਥੇ ਮੈਂ ਯੂਜ਼ ਕਰ ਰਿਹਾ ਕੁੱਟੂ ਦਾ ਆਟਾ ਇੱਥੇ ਮੈਂ 3 ਚਮਚ ਆਟਾ ਯੂਜ਼ ਕਰ ਰਿਹਾ ਕੁੱਟੂ ਦਾ ਅਤੇ ਇਸ ਤੋਂ ਬਾਅਦ ਅਸੀਂ ਐਡ ਕਰ ਰਹੇ ਹਾਂ 1 ਚਮਚ ਸਵਾਂਗ ਦੇ ਚਾਵਲ ਦਾ ਪਾਊਡਰ ਅਤੇ 1/4 ਚਮਚ ਕੁੱਟਿਆ ਹੋਇਆ ਸਾਬੂਦਾਨਾ ਅਤੇ ਮੈਮ ਜਿਹੜਾ ਇਹ ਸਾਬੂਦਾਨਾ ਨਾ ਇਹ ਬਹੁਤ ਵਧੀਆ ਕ੍ਰਿਸਪੀ ਟੈਕਸਚਰ ਦੇਗਾ ਕਿਤੇ ਕਿਤੇ ਜਿੱਥੇ ਜਿੱਥੇ ਆਏਗਾ ਇਹ ਹੁਣ ਆਪਾਂ ਇਹਦੇ ਵਿੱਚ ਐਡ ਕਰਨਾ ਥੋੜ੍ਹਾ ਜਿਹਾ ਪਾਣੀ ਅਤੇ ਇੱਕ ਵਧੀਆ ਸਮੂਥ ਬੈਟਰ ਬਣਾਵਾਂਗੇ ਹੁਣ ਜੀ ਡੀਪ ਫਰਾਈਂਗ ਕਰਨ ਲਈ ਬੜਾ ਸਿੰਪਲ ਜਿਹਾ ਸਟੈਪ ਹੈ ਸਭ ਤੋਂ ਪਹਿਲਾਂ ਤਾਂ ਆਇਲ ਸਾਡਾ ਡੀਪ ਫਰਾਈਂਗ ਟੈਂਪਰੇਚਰ 'ਤੇ ਬਿਲਕੁਲ ਅਤੇ ਆਪਾਂ ਕੀ ਕਰਾਂਗੇ ਇਹ ਜਿਹੜੀਆਂ ਸਟਿਕਸ ਹੈਗੀਆਂ ਨਾ ਇਹਦੀ ਹੈਲਪ ਨਾਲ ਇਸ ਨੂੰ ਆਪਾਂ ਲਿਫਟ ਕਰਨਾ ਅਤੇ ਇਸ ਦੇ ਵਿੱਚ ਪਲੇਸ ਕਰ ਦਾਂਗੇ ਅਤੇ 1 ਚਮਚ ਦੀ ਹੈਲਪ ਨਾਲ ਇਸ ਨੂੰ ਕੋਟ ਕਰਨਾ ਬੈਟਰ ਦੇ ਨਾਲ ਤਾਂ ਦੇਖੋ ਜੀ ਈਵਨ ਕੋਟਿੰਗ ਜਿਹੜੀ ਹੈ ਸਾਡੇ ਮਸ਼ਰੂਮਸ 'ਤੇ ਆ ਜਾਏਗੀ ਬਿਲਕੁਲ ਇਸ ਤਰੀਕੇ ਨਾਲ ਫਿਰ ਆਪਾਂ ਬਿਲਕੁਲ ਹਲਕੇ ਹੱਥ ਨਾਲ ਇਸ ਨੂੰ ਨਾ ਆਇਲ ਦੇ ਨੇੜੇ ਆ ਕੇ ਇਸ ਤਰ੍ਹਾਂ ਛੱਡ ਦੇਣਾ 1.5 ਤੋਂ 2 ਮਿੰਟ ਦਾ ਕੁਕਿੰਗ ਪ੍ਰੋਸੈਸ ਹੈ ਜੀ ਬਹੁਤ ਵਧੀਆ ਕ੍ਰਿਸਪ ਹੋ ਜਾਏਗਾ ਅਤੇ ਇਸ ਤਰੀਕੇ ਨਾਲ ਆਪਾਂ ਇਸ ਨੂੰ ਡੀਪ ਫਰਾਈ ਕਰ ਰਹੇ ਹਾਂ ਅਤੇ ਲਓ ਜੀ ਜਿਹੜਾ ਸਾਡਾ ਫਸਟ ਬੈਚ ਹੈ ਨਾ ਬਹੁਤ ਵਧੀਆ ਕ੍ਰਿਸਪ ਡੀਪ ਫਰਾਈ ਹੋਇਆ ਜੀ ਆਪਾਂ ਇਹਨੂੰ ਹੁਣ ਕੱਢ ਲੈਣਾ ਆਹ ਦੇਖੋ ਜੀ ਕਿੰਨੇ ਵਧੀਆ ਲੱਗ ਰਹੇ ਹੈ ਵਾਓ ਕੋਈ ਵੀ ਐਕਸਟਰਾ ਆਇਲ ਹੈ ਉਹਨੂੰ ਅਸੀਂ ਡ੍ਰਿਪ ਕਰ ਲਾਂਗੇ ਅਤੇ ਬਿਲਕੁਲ ਇਸੇ ਤਰੀਕੇ ਨਾਲ ਆਪਾਂ ਸਾਰੇ ਜਿਹੜੇ ਪੀਸਿਸ ਹੈ ਉਹ ਡੀਪ ਫਰਾਈ ਕਰ ਲਾਂਗੇ ਫਿਰ ਆਪਾਂ ਕਰਦੇ ਹਾਂ ਸੋਹਣੀ ਜੀ ਪਲੇਟਿੰਗ ਫਿਰ ਟੇਸਟ ਕਰਕੇ ਦੱਸਾਂਗੇ ਕਿ ਓਵਰਆਲ ਫਲੇਵਰਸ ਕਿਸ ਤਰ੍ਹਾਂ ਦੇ ਹੈ ਸਾਡੇ ਸਪਿਨਚ ਸਟਫਡ ਮਸ਼ਰੂਮਸ ਜਿਹੜੇ ਆ ਬਹੁਤ ਸੋਹਣੇ ਤਿਆਰ ਹੋਏ ਆ ਜੀ ਮੈਮ ਦੇਖੋ ਕਿੰਨਾ ਵਧੀਆ ਕਲਰ ਤੇ ਟੈਕਸਚਰ ਆਇਆ ਬਹੁਤ ਖੂਬਸੂਰਤ ਲੱਗ ਰਹੇ ਨੇ ਤੇ ਹੁਣ ਆਪਾਂ ਕਰਦੇ ਆਂ ਦੀ ਸੋਹਣੀ ਜੀ ਪਲੇਟਿੰਗ ਇੱਥੇ ਮੇਰੇ ਕੋਲ ਇੱਕ ਮਿੰਟ ਸੌਸ ਹੈਗੀ ਹੈ ਉਹ ਅਸੀਂ ਯੂਜ਼ ਕਰਾਂਗੇ ਤੇ ਦੇਖੋ ਜੀ ਕਿੰਨੀ ਵਧੀਆ ਸਾਡੀ ਪਲੇਟ ਲੱਗ ਰਹੀ ਹੈ ਬਹੁਤ ਹੀ ਸੋਹਣੀ ਲੱਗ ਰਹੀ ਹੈ ਨਾ ਕਲਰਫੁਲ ਇੰਨੀ ਦੇਰ ਦੇ ਅਸੀਂ ਕੁਕਿੰਗ ਕਰ ਰਹੇ ਹਾਂ ਨਾ ਖੁਸ਼ਬੂਆਂ ਨਾਲ ਤੇ ਟੈਕਸਚਰਸ ਦੇਖ ਕੇ ਨਾ ਬਹੁਤ ਭੁੱਖ ਲੱਗ ਜਾਂਦੀ ਹਾਂਜੀ ਹੁਣ ਆਪਾਂ ਕਰਦੇ ਹਾਂ ਜੀ ਇਸਨੂੰ ਟੇਸਟ ਤੇ ਲਓ ਮੈਂ ਫਿਰ ਟੇਸਟ ਕਰਕੇ ਦੇਖੋ ਕਿਸ ਤਰ੍ਹਾਂ ਤਿਆਰ ਹੋਇਆ ਜੀ ਕੀ ਕਹਿਣਾ ਨਮਨ ਮੈਨੂੰ ਇਹ ਨਹੀਂ ਸਮਝ ਆਉਂਦਾ ਮੈਂ ਤੁਹਾਨੂੰ ਅਪੀਅਰੈਂਸ ਦੇ 10 out of 10 ਦਵਾਂ ਟੇਸਟ ਦੇ ਦੇਵਾਂ ਕਿ ਜਿਹੜਾ ਤੁਸੀਂ ਉਹ ਨਿਊਟ੍ਰੀਸ਼ਨ ਦਾ ਤੜਕਾ ਲਾਉਂਦੇ ਹੋ ਉਹਦੇ ਦੇਵਾਂ ਮਤਲਬ ਲਾਜਵਾਬ ਹਰ ਪੁਆਇੰਟ ਤੇ ਤੁਸੀਂ ਮਤਲਬ ਪੂਰੇ ਆਉਂਦੇ ਹੋ 10 on 10 C5 ਐਪ ਡਾਊਨਲੋਡ ਕਰੋ ਤੇ ਵੇਖੋ ਸਾਰੇ ਐਪੀਸੋਡ ਬਿਲਕੁਲ ਫ੍ਰੀ